ਜਦੋਂ ਅਸੀਂ ਕਹਿੰਦੇ ਆ ਨਾ ਗੱਲ ਕਰਦੇ ਆ ਖਬਰ ਲਿਖਣ ਦੀ ਪ੍ਰਕਿਰਿਆ ਕੀ ਹੈ ਕਿਵੇਂ ਖਬਰ ਸਟਰਕਚਰ ਕੀ ਹੈ ਖਬਰ ਦਾ ਤੇ ਅਸੀਂ ਇਹ ਕਹਿੰਦੇ ਆ ਕਿ ਖਬਰ ਦਾ ਸਟਰਕਚਰ ਪੜਦੇ ਆ ਕਿ ਇੱਕ ਟ੍ਰਾਇੰਗਲ ਉਹਨੂੰ ਉਲਟਾ ਕਰਤਾ ਜਾਏ ਪਿਰਾਮਿਡ ਹੈ ਉਹ ਟ੍ਰਾਇੰਗਲ ਦੇ ਸ਼ੇਪ ਵਿੱਚ ਹੁੰਦੀ ਹੈ ਇਸ ਕਰਕੇ ਅਸੀਂ ਕਹਿੰਦੇ ਆ ਕਿ ਖਬਰ ਦੀ ਸ਼ੇਪ ਆ ਜਿਹੜੀ ਉਹ ਇਨਵਰਟਡ ਪਿਰਾਮਿਡ ਉਲਟੇ ਪਿਰਾਮਿਡ ਵਰਗੀ ਹੁੰਦੀ ਹੈ ਜਦੋਂ ਅਸੀਂ ਉਸ ਨੂੰ ਉਲਟਾ ਪਾਇਰਾਮਿਡ ਕਹਿੰਦੇ ਆਂ ਤੇ ਸਭ ਤੋਂ ਜ਼ਿਆਦਾ ਇਨਫਾਰਮੇਸ਼ਨ ਜਿਹੜੀ ਹੈ ਉਹ ਉਲਟੇ ਪਾਇਰਾਮਿਡ ਚ ਸਭ ਤੋਂ ਉੱਪਰ ਹੋਏਗੀ ਇਹਨੂੰ ਅਸੀਂ ਤਿੰਨ ਹਿੱਸਿਆਂ ਚ ਵੰਡ ਲੈਂਦੇ ਆਂ ਪਹਿਲਾ ਹੈ ਇੰਟਰੋ ਜਾਂ ਲੀਡ ਜਿਹਨੂੰ ਅਸੀਂ ਕਹਿੰਦੇ ਆਂ ਮੁਖੜਾ ਫਿਰ ਉਸ ਤੋਂ ਬਾਅਦ ਆਉਂਦੀ ਹੈ ਬਾਡੀ ਬਾਡੀ ਕੀ ਹੈ ਉਹਦਾ ਪੂਰਾ ਜਿਸਮ ਹੈ ਜਿਹੜਾ ਔਰ ਉਸ ਤੋਂ ਬਾਅਦ ਟੇਲ ਟੇਲ ਜਿਹੜੀ ਹੈ ਉਹ ਪੂਛ ਦੇ ਨਾਲ ਵੀ ਲਾ ਲਓ ਕਿਤੇ ਪੂਛ ਦੀ ਲੋੜ ਹੈ ਕਿਤੇ ਪੂਛ ਦੀ ਨਹੀਂ ਲੋੜ ਹੈ ਔਰ ਜਦੋਂ ਅਸੀਂ ਅੱਜ ਦੇ ਦੌਰ ਦੀ ਗੱਲ ਕਰਦੇ ਹਾਂ ਤੇ ਉਸੇ ਅਸੀਂ ਕਹਿ ਦਿੰਦੇ ਹਾਂ ਕਿ ਜਿੱਥੇ ਐਡੀਟਿੰਗ ਜਿਹੜੀ ਹੈ ਆਨਲਾਈਨ ਹੋ ਰਹੀ ਹੈ ਜਾਂ ਫਿਰ ਕੰਪਿਊਟਰ ਐਡੀਟਿੰਗ ਕਰ ਰਿਹਾ ਹੈ ਤੇ ਉੱਥੇ ਟੇਲ ਦੀ ਸੰਭਾਵਨਾ ਘਟ ਜਾਂਦੀ ਹੈ ਜਿੱਥੇ ਅਖਬਾਰ ਦੇ ਵਿੱਚ ਸਪੇਸ ਘਟਿਆ ਉੱਥੇ ਟੇਲ ਘਟ ਜਾਂਦੀ ਹੈ ਇਸ ਕਰਕੇ ਇੰਟਰੋ ਜਿਹੜੀ ਹੈ ਸਭ ਤੋਂ ਇੰਪੋਰਟੈਂਟ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਖਬਰਾਂ ਨੂੰ ਲਿਖਣ ਦਾ ਇਹ ਸਿਧਾਂਤ ਹੈ ਕਿ ਆ ਜਾਂਦਾ ਹੈ ਕਿ ਜਿੰਨ ਮੈਕਸਿਮਮ ਸਭ ਤੋਂ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਹੈ ਉਹ ਸ਼ੁਰੂ ਦੇ ਵਿੱਚ ਕਵਰ ਕੀਤੀ ਜਾਏ ਇੰਟਰੋ ਦੇ ਵਿੱਚ ਕਵਰ ਕਰ ਲਈ ਜਾਏ ਤਾਂ ਕਿ ਪੜਨ ਵਾਲਾ ਜਿਹੜਾ ਉਸ ਦੇ ਵਿੱਚ ਰੁਚੀ ਵਿਖਾਵੇ ਉਲਟਾ ਪੈਰਾਮਿਡ ਜਿਹੜਾ ਇਸੇ ਕਰਕੇ ਸਭ ਤੋਂ ਜ਼ਿਆਦਾ ਡਿਟੇਲਸ ਉਹ ਇੰਟਰੋ ਜਾਂ ਮੁਖੜੇ ਦੇ ਵਿੱਚ ਰੱਖੀ ਜਾਂਦੀ ਹੈ ਜਿਹੜਾ ਮੁਖੜਾ ਇੰਟਰੋ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਆ ਕਿ ਕਈ ਵਾਰੀ ਪਹਿਲਾ ਪੈਰਾਗ੍ਰਾਫ ਤੇ ਕਈ ਵਾਰ ਅਸੀਂ ਕਹਿ ਦਿੰਨੇ ਨਹੀਂ ਪਹਿਲਾ ਪੈਰਾਗ੍ਰਾਫ ਚ ਅਸੀਂ ਸਿਰਫ ਇੱਕ ਲਾਈਨ ਲਿਖੀ ਹੈ ਤੇ ਪਹਿਲੀਆਂ ਦੋ ਲਾਈਨਾਂ ਜਾਂ ਤਿੰਨ ਲਾਈਨਾਂ ਅਸੀਂ ਮੁਖੜੇ ਦੇ ਵਿੱਚ ਇੰਟਰੋ ਦੇ ਵਿੱਚ ਰੱਖਦੇ ਆ ਕਿ ਇਹ ਜਿਹੜਾ ਪੈਰਾਗ੍ਰਾਫ ਹੈ ਇਹ ਇੰਟਰੋ ਹੈ ਔਰ ਇਥੇ ਵੀ ਧਿਆਨ ਰੱਖਿਆ ਜਾਏ ਕਿ ਇਹਦੇ ਵਿੱਚ ਜਿੱਥੇ ਮੈਂ ਕਹਿ ਰਹੀਆਂ ਕਿ ਵੱਧ ਤੋਂ ਵੱਧ ਕੱਕੇ ਨੂੰ ਬਿਆਨ ਕੀਤਾ ਜਾਂਦਾ Ws ਨੂੰ ਜਾਂ H ਨੂੰ ਬਿਆਨ ਕੀਤਾ ਜਾਂਦਾ ਉੱਥੇ ਇਹ ਵੀ ਧਿਆਨ ਰੱਖਣਾ ਹੈ ਕਿ ਜੇਕਰ ਅਸੀਂ ਜ਼ਿਆਦਾ ਉਹਦੇ ਵਿੱਚ ਕੱਕੇ ਲਿਖ ਦਾਂਗੇ ਤਾਂ ਉਹ ਸਫੋਕੇਟਡ ਲੀਡ ਬਣ ਜਾਂਦੀ ਹੈ ਜਿਹੜੀ ਸਫੋਕੇਟਡ ਜਿਵੇਂ ਵਰਡ ਆ ਕਿ ਸਫੋਕੇਸ਼ਨ ਹੁੰਦੀ ਹੈ ਸਾਹ ਨਹੀਂ ਸੌਖਾ ਆ ਰਿਹਾ ਉਹ ਲੀਡ ਬਣ ਜਾਏਗੀ ਮੀਨਸ ਉਹ ਕਿਤੇ ਨਾ ਕਿਤੇ ਪੜਨ ਵਾਲੇ ਲਈ ਪਾਠਕ ਲਈ ਕੋਈ ਕਨਫਿਊਜ਼ਨ ਵੀ ਪੈਦਾ ਕਰ ਸਕਦੀ ਹੈ ਜਾਂ ਫਿਰ ਕਹਿ ਲੋ ਕਿ ਉਹਦੀ ਦਿਲਚਸਪੀ ਖਤਮ ਕਰ ਸਕਦੀ ਹੈ ਇੰਟਰੋ ਬੜੀ ਸਰਲ ਹੋਣੀ ਚਾਹੀਦੀ ਹੈ ਪਾਠਕ ਨੇ ਤੁਹਾਡੇ ਨਾਲ ਬੈਠ ਜਦੋਂ ਖਬਰ ਪੜ੍ਹਨੀ ਹੈ ਉਸਨੇ ਡਿਕਸ਼ਨਰੀ ਹੱਥ ਵਿੱਚ ਫੜ ਕੇ ਖਬਰ ਨਹੀਂ ਪੜ੍ਹਨੀ ਸ਼ਬਦਾਵਲੀ ਇਹੋ ਜੀ ਹੋਣੀ ਚਾਹੀਦੀ ਹੈ ਜਿਹੜੀ ਉਹਨੂੰ ਰੋਜ਼ਮਰਾਂ ਜ਼ਿੰਦਗੀ ਦੀ ਸ਼ਬਦਾਵਲੀ ਹੋਵੇ ਜਿਹੜੀ ਉਹਨੂੰ ਸਮਝ ਆਵੇ ਤੇ ਉਹਦੀ ਦਿਲਚਸਪੀ ਬਣੀ ਰਹੇ ਔਰ ਇੰਟਰੋ ਹੈ ਉਹ ਜਦੋਂ ਉਸ ਨੂੰ ਦਿਲਚਸਪ ਲੱਗੇਗੀ ਉਹਦੀ ਰੁਚੀ ਬਣੇਗੀ ਤੇ ਉਹ ਬਾਡੀ ਪੜੇਗਾ ਬਾਡੀ ਦੇ ਵਿੱਚ ਅਸੀਂ ਪੂਰਾ ਡੀਟੇਲ ਦਿੰਨੇ ਆ ਕਿਵੇਂ ਹੋਇਆ ਕੌਣ-ਕੌਣ ਆਇਆ ਕਿੰਨੇ ਲੋਕ ਸਨ ਕੈਸੀ ਘਟਨਾ ਸੀ ਚੰਗੀ ਸੀ ਮਾੜੀ ਸੀ ਅਸੀਂ ਉਹ ਪੂਰੀ ਡੀਟੇਲ ਦੇ ਦਿੰਨੇ ਆ ਮੁਖੜੇ ਤੋਂ ਬਾਅਦ ਜਾਂ ਅਖੀਰ ਚ ਆ ਜਾਂਦੀ ਹੈ ਟੇਲ ਖਬਰ ਚ ਤੇ ਕਹਾਣੀ ਚ ਜਿਹੜਾ ਵੱਡਾ ਫਰਕ ਹੈ ਨਾ ਉਹ ਇਹੀ ਹੈ ਜਿਹੜੀ ਕਹਾਣੀ ਹੈ ਉਹ ਸ਼ੁਰੂ ਹੁੰਦੀ ਹੈ ਫਿਰ ਉਹ ਸਰੀਰ ਤੱਕ ਪਹੁੰਚਦੀ ਹੈ ਤੇ ਜਦੋਂ ਦਾ ਅੰਤ ਹੁੰਦਾ ਤੇ ਅੰਤ ਚ ਅਸੀਂ ਉਹਦਾ ਸਿੱਟਾ ਮੋਰਲ ਆਫ ਦ ਸਟੋਰੀ ਲਿਖਦੇ ਆ ਜਿਹੜੀ ਨਿਊਜ਼ ਹੈ ਉਹਦਾ ਸਿੱਟਾ ਸ਼ੁਰੂ ਚ ਹੀ ਆ ਜਾਂਦਾ ਇੰਟਰੋਡਕਸ਼ਨ ਦੇ ਵਿੱਚ ਹੀ ਸਿੱਟਾ ਹੁੰਦਾ ਸ਼ੁਰੂ ਹੀ ਸਿੱਟੇ ਤੋਂ ਹੁੰਦੇ ਆ ਹੋ ਕੇ ਤੇ ਵਾਪਸ ਅਸੀਂ ਕਹਾਣੀ ਸੁਣਾ ਰਹੇ ਹੁੰਨੇ ਇਦਾਂ ਹੋਇਆ ਆ ਹੋਇਆ ਇੰਜ ਕੀਤਾ ਔਰ ਅਖੀਰ ਹੋ ਸਕਦਾ ਹੈ ਕਿ ਜਿਹੜੀ ਟੇਲ ਆ ਉਹਦੀ ਜ਼ਰੂਰਤ ਹੀ ਨਾ ਹੋਵੇ ਮੀਨਸ న్యూਸ ਦੇ ਵਿੱਚ ਟੇਲ ਜਦੋਂ ਲੋਕ ਸੰਪਰਕ ਦਾ ਪ੍ਰੈਸ ਨੋਟ ਬਣੇਗਾ ਤੇ ਉਹ ਟੇਲ ਬਣਾਏਗਾ ਉਹ ਇਧਰ ਇਨੇ ਲੋਕ ਸੀ ਆਏ ਇਨੇ ਲੋਕਾਂ ਨੇ ਸਵਾਲ ਵੀ ਕੀਤੇ ਇਹ ਲੋਕ ਕਿੱਥੋਂ ਕਿੱਥੋਂ ਆਏ ਇਸ ਤਰ੍ਹਾਂ ਲਿਖ ਸਕਦਾ ਹੈ ਲੇਕਿਨ ਜਦੋਂ ਅਖਬਾਰ ਚ ਚਲੇ ਜਾਏਗੀ ਸਬ ਐਡੀਟਰ ਦੇ ਡੈਸਕ ਤੇ ਚਲੇ ਜਾਏਗੀ ਤੇ ਉਹ ਸਪੇਸ ਦੇ ਹਿਸਾਬ ਨਾਲ ਖਬਰ ਨੂੰ ਇਸ ਤਰ੍ਹਾਂ ਛੋਟੀ ਕਰ ਦੇਗਾ ਕਿ ਅੱਜ ਮੰਤਰੀ ਨੇ ਜਾਂ ਕਿਸੇ ਲੀਡਰ ਨੇ ਇੱਥੇ ਸੰਬੋਧਨ ਕੀਤਾ ਇਸ ਵਿਸ਼ੇ ਦੇ ਉੱਤੇ ਗੱਲ ਹੋਈ ਤੇ ਇੰਨੀ ਜਨਤਾ ਨੇ ਜਾਂ ਉਥੋਂ ਦੀ ਜਨਤਾ ਇੰਨੀ ਆਈ ਮੀਨਸ ਟੇਲ ਜਿਹੜੀ ਹੈ ਕੱਟ ਦਿੱਤੀ ਗਈ ਸੋ ਨਿਊਜ਼ ਦਾ ਸਟਰਕਚਰ ਤੇ ਸਟੋਰੀ ਦਾ ਸਟਰਕਚਰ ਚ ਇਹੀ ਫਰਕ ਹੈ ਇਸ ਦੇ ਵਿੱਚ ਮੈਂ ਐਗਜ਼ਾਮਪਲ ਦਵਾਂਗੀ ਕੋਈ ਰੋਡ ਐਕਸੀਡੈਂਟ ਹੋਇਆ ਦੋ ਬੱਸਾਂ ਦੀ ਆਮੋ-ਸਾਮਣੇ ਟੱਕਰ ਹੋਈ ਜਿਸ ਦੇ ਵਿੱਚ ਪੰਜ ਲੋਕ ਹਲਾਕ ਹੋਏ ਪੰਜ ਯਾਤਰੀ ਮਰ ਗਏ ਤੇ 20 ਯਾਤਰੀਆਂ ਨੂੰ ਸੱਟਾਂ ਲੱਗੀਆਂ ਜਦੋਂ ਖਬਰ ਬਣੇਗੀ ਉਹ ਬਣੇਗੀ ਦੋ ਬੱਸਾਂ ਦੀ ਆਮੋ-ਸਾਮਣੇ ਟੱਕਰ ਦੇ ਵਿੱਚ ਪੰਜ ਯਾਤਰੀ ਹਲਾਕ 15 ਜ਼ਖਮੀ ਇਥੋਂ ਖਬਰ ਸ਼ੁਰੂ ਹੋਏਗੀ ਸੋ ਇਸ ਸੋ ایسی ਖਬਰ ਕੀ ਹੈ ਖਬਰ ਦੇ ਕਿਹੜੇ ਤੱਤ ਨੇ 5w's ਤੇ h ਖਬਰ ਦਾ ਸਟਰਕਚਰ ਇਨਵਰਟਿਡ ਪਿਰਾਮਿਡ ਸੂਚਨਾ ਤੇ ਖਬਰ ਚ ਕੀ ਅੰਤਰ ਹੈ ਅਗਲੀ ਵਾਰ ਫਿਰ ਇੱਕ ਨਵੇਂ ਲੈਸਨ ਦੇ ਨਾਲ ਖਬਰਾਂ ਦੇ ਵਿੱਚ ਕਿਹੜੇ ਤਤ ਹੁੰਦੇ ਨੇ ਜਿਹੜੇ ਕੀ ਆਪਣੇ ਦਰਸ਼ਕਾਂ ਨੂੰ ਆਪਣੇ ਪਾਠਕਾਂ ਨੂੰ ਜੋੜ ਕੇ ਰੱਖਦੇ ਆ ਰਿਪੋਰਟਰ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਦਾ ਉਹ ਐਲੀਮੈਂਟਸ ਇੱਕ ਲੈਸਨ ਦੇ ਨਾਲ ਫਿਰ ਹਾਜ਼ਰ ਹੋਣਗੇ ਤਦ ਤੱਕ ਲਈ ਮੈਨੂੰ ਡਾਕਟਰ ਸਿਮਰਨ ਨੂੰ ਦਿਓ ਇਜਾਜ਼ਤ ਖੁਸ਼ ਰਹੋ ਪੜਦੇ ਰਹੋ ਆਪਣੀ ਸੇਫ ਦਾ ਧਿਆਨ ਰੱਖੋ